पक्की ले लो टिड दुख दे ते पक्की ले लो हां एकदम बात तनु क्लियर आए करेगी माइक दे विच इते पालश भी मारनी एदा फिशल हुंदा वा टिड पालश हुंदी एक हुंदी ना स्किन पालश एक हुंदी टिड पालश अस्सलाम वालेकुम जी दोस्तों भरावो मित्रों ते वीरो ते की हाल चाल है ठीक ठाक हो लगता तुसी सारे माशाल्लाह ठीक ठाक हो अल्लाह ताला तुहानू सेहत तंदुरुस्ती दे सारी जिंदगी खुश रहो बाद रहो आ साडे मियां साहब ने माशाल्लाह मॉर्निंग होई है 3 बजे दी अस्सलाम वालेकुम जनाब जनाब की हाल चाल है तबीयत सेहत ठीक ने सारे सुनाओ सब अच्छा है साजी और थोड़ा है ना सानू आवाज़ की क्लैरिटी तो जरा गल बन रही थी कि ताड़ी यार आवाज़ सही नहीं आती तो असी लिहाजा ना ताड़ी जरा सानू रिस्पोंस भी अच्छा लग रहा असी क्या चलो अपना माइक का असी इंतजाम करने लगे साड़ी आवाज़ का निज़ाम बिल्कुल ठीक हो जाएगा सानू पता तो है नवा नवा स्टार्ट किया साडा कोई तजर्बा नहीं असी नहीं ब्लॉग ब्लूग पहले कोई भी बनाते रहे पंजाबी हीरे के नाम तो असी अपना चैनल शुरू किया यकीन करो पहली दफा असी वीडियो पाउन लगे हैं पहले असं इदा ही कोई फिर तुर गए अपनी गल्ला बातें करते होंगे कि चलो यार इन्हें रिकॉर्ड करते हैं कोई मजाक मजूक खाता उसका कोई खेल कूद बाकी अजीम भाई और असं अदील भाई को आए हैं अदील भाई को आए हैं समोसी चैक करने वास्ते उन्होंने माशाल्लाह समोसी बड़ी वधिया होंदी है अच्छा तो भाई जी गल पता की है असं हूँ जाने माइक लैन तो तुम दिखाने माइक किदा का इंशाल्लाह तुम चैक करके दसांगे तो माइक की रिजल्ट किदा का ਕਿਹੜੀ ਚੀਜ਼ ਅਸੀਂ ਲੈ ਕੇ ਆਏ ਆ ਤੇ ਬਾਕੀ ਦੀਰ ਭਾਈ ਵੀ ਆਏ ਆ ਹਾਂ ਤੁਹਾਡੇ ਦੀਰ ਭਾਈ ਆ ਤੇ ਮਾਈਕ ਲਿਆ ਕੇ ਤੇ ਕਿਉਂਕਿ ਮੀਆਂ ਸਾਹਿਬ ਦੀ ਆਵਾਜ਼ ਸਹੀ ਨਹੀਂ ਆ ਰਹੀ ਮੀਆਂ ਸਾਹਿਬ ਨੇ ਵੇਚਿਆ ਗੰਨੀ ਫੱਕੀ ਬੱਸਾਂ ਦੇ ਵਿੱਚ ਜਾ ਕੇ ਤਾਂ ਕਿ ਨਾ ਆਵਾਜ਼ ਸਹੀ ਲੋਕਾਂ ਨੂੰ ਪਤਾ ਲੱਗੇ ਕਿ ਤਦਰੀ ਜਾਂ ਚੰਬਲ ਹੋ ਗਈ ਹੈ ਜਾਂ ਕਿਲ ਦਾਣੇ ਦਾਗ ਦੱਬੇ ਹੋ ਗਏ ਨੇ ਜਾਂ ਇਹ ਫੱਕੀ ਤੁਸੀਂ ਖਾ ਕੇ ਇਸਤੇਮਾਲ ਕੀ ਲੈ ਲੋ ਫੱਕੀ ਲੈ ਲੋ ਟਿੱਡ ਦੁਖਦਾ ਹੈ ਤੇ ਫੱਕੀ ਲੈ ਲੋ ਆ ਐਦਾਂ ਬਾਤ ਤੁਹਾਨੂੰ ਕਲੀਅਰ ਆਇਆ ਕਰੇਗੀ ਮਾਈਕ ਦੇ ਵਿੱਚ ਠੀਕ ਹੈ ਭਾਜੀ ਤੇ ਅਜ਼ੀਮ ਭਾਈ ਹੁਣ ਮੇਰਾ ਖਿਆਲ ਜੀ ਆ ਤੁਸੀਂ ਮਾਸ਼ਾਅੱਲਾ ਸਾਨੂੰ ਬਹੁਤ ਮੁਹੱਬਤ ਕਰਦੇ ਆ ਬਹੁਤ ਪਿਆਰ ਦੇ ਰਹੇ ਆ ਸਪੋਰਟ ਕਰ ਰਹੇ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੱਜ ਵੀਰ ਆਪਣਾ ਨਾ ਕਾਲੀ ਸ਼ਰਟ ਪਾ ਕੇ ਤੇ ਆਪਣਾ ਕਾਲੀ ਪੈਂਟ ਪਾ ਕੇ ਆਇਆ ਤੇ ਬੜਾ ਕਿਊਟ ਲੱਗ ਰਿਹਾ ਮੈਂ ਕਿਹਾ ਯਾਰ ਆਪਣਾ ਅਜ਼ੀਮ ਭਾਈ ਤੁਹਾਡਾ ਰੰਗ ਵੀ ਚਿੱਟਾ ਤੋਂ ਤੁਸੀਂ ਸ਼ਰਟ ਵੀ ਕਾਲੀ ਪਾਏ ਤੁਸੀਂ ਬਿਲਕੁਲ ਪੱਪੂ ਬਣ ਕੇ ਤੁਹਾਨੂੰ ਕਿਤੇ ਘਮੋਟੀਆਂ ਡੇਲੇ ਵਾਲਾ ਲੈ ਨਾ ਲਵੇ ਬਾਕੀ ਨਜ਼ਰੇ ਬਾਤੋਂ ਅੱਲਾਹ ਤਾਲਾ ਬਚਾਵੇ ਤੁਹਾਨੂੰ ਪਤਾ ਅਸੀਂ ਵਲੌਗਰ ਹਾਂ ਹੁਣ ਯੂਟਿਊਬਰ ਵੀ ਹੋ ਗਏ ਆ ਤੇ ਆ ਤੁਹਾਨੂੰ ਪਤਾ ਇਹ ਤੇ ਗੱਲ ਹੈ ਤੇ ਬਾਕੀ ਮਾਈਕ ਲੈ ਕੇ ਤੁਹਾਨੂੰ ਬਕਾਇਦਾ ਇਨਸ਼ਾਅੱਲਾ ਤਾਲਾ ਵੀਡੀਓ ਬਣਾ ਕੇ ਦਿਖਾਵਾਂਗੇ ਔਰ ਆਵਾਜ਼ ਦੀ ਕਲੈਰਿਟੀ ਤੁਸੀਂ ਦੱਸਣੀ ਆ ਕਮੈਂਟ ਕਰਨਾ ਵਾ ਸਾਡੀ ਵੀਡੀਓ ਨੂੰ ਤੁਸੀਂ ਵਾਚ ਕਰਨਾ ਵਾ ਸਬਸਕ੍ਰਾਈਬ ਕਰਨਾ ਵਾ ਤੁਹਾਡੀ ਬਹੁਤ ਸ਼ੁਕਰੀਆ ਔਰ ਮਿਹਰਬਾਨੀ ਹੋਏਗੀ ਯਾਰ ਨਾਲੇ ਸਾਨੂੰ ਵੀ ਦੱਸਿਆ ਕਰੋ ਕੋਈ ਕਮੈਂਟ ਦੇ ਵਿੱਚ ਅਸੀਂ ਮਤਲਬ ਕਿਹੜਾ ਕੰਟੈਂਟ ਲੈ ਕੇ ਆਈਏ ਤੁਸੀਂ ਦੱਸ ਸਕਦੇ ਅਸੀਂ ਉਸ ਤਰ੍ਹਾਂ ਹੀ ਫਿਰ ਅਸੀਂ ਨਾ ਵੀਡੀਓ ਬਣਾਵਾ ਕਰਾਂਗੇ ਕੋਈ ਪਾਬੰਦੀ ਵਾਲੀ ਗੱਲ ਨਹੀਂ ਹੈ ਇਨਸ਼ਾਅੱਲਾ ਤੁਹਾਡੇ ਨਾਲ ਚੱਲਾਂਗੇ ਅਸੀਂ ਠੀਕ ਹੈ ਜੀ ਠੀਕ ਹੋ ਗਿਆ ਪਾਸ ਭਾਈ ਤੁਸੀਂ ਕੁਝ ਕਹਿਣਾ ਚਾਹੁੰਦੇ ਆ ਮੀਡੀਆ ਨੂੰ ਆਇਓ ਰੋਹਿਤ ਕਾਸ ਭਾਈ ਕਹਿੰਦਾ ਉਹ ਕਹਿੰਦਾ ਕਹਿੰਦਾ ਹਜੇ ਨਹੀਂ ਭਾਈ ਭਾਈ ਕਾਸ ਭਾਈ ਕਹਿੰਦੇ ਹਜੇ ਨਹੀਂ ਕਾਸ ਭਾਈ ਜੀ ਅਸਲਾਮ ਅਲੈਕਮ ਜੀ ਮਿੱਤਰੋ ਤੇ ਭਰਾਓ ਤੇ ਬੇਲੀਓ ਸਜਣੋ ਇਹ ਆਪਣੇ ਅਜ਼ੀਮ ਭਾਈ ਨੇ ਅਦੀਲ ਭਾਈ ਨੇ ਜ਼ਬਰਦਸਤੀ ਚੁੱਕ ਕੇ ਮੈਨੂੰ ਲਿਆ ਇਹਨਾਂ ਦੀ ਪਲੇਟ ਪਈ ਹੈ ਜਿਹਦੇ ਵਿੱਚ ਨਾ ਜੇ ਨਹੀਂ ਖਾਣਾ ਕੱਢੀ ਆ ਅੱਜ ਖਾ ਲਿਆ ਤੁਸੀਂ ਅੱਜ ਭਰਾ ਨੂੰ ਦੇਤੀ ਆ ਮੈਂ ਅਦੀਲ ਭਾਈ ਨੇ ਮੈਨੂੰ ਦੇਤੀ ਹੈ ਜੀ ਇਹਨਾਂ ਨੇ ਅੱਜ ਵਿਕਾਸ ਭਾਈ ਇਟਾ ਸਾਫ਼ ਕਰਨ ਦੇ ਸੀ ਹਾਂਜੀ ਆ ਦੁਕਾਨ ਗੰਦੀ ਹੋਈ ਸੀ ਅੱਛਾ ਨਹੀਂ ਨਿਕਲਦਾ ਆ ਕੰਧੇ ਸਾਫ਼ ਕਰਨ ਦੇ ਸੀ ਜੀ ਆ ਜਿਹੜੇ ਕੰਧੀ ਆ ਕੰਧੇ ਜਿਹੜਾ ਕਿਤੇ ਬਾਹਰੋਂ ਲਿਆਂਦੀ ਆ ਅੱਛਾ ਤੇ ਮੈਂ ਕਿਹਾ ਪਹਿਲੇ ਬਾਹਰੋਂ ਸਫਾਈ ਕਰ ਲਈਏ ਫਿਰ ਅੰਦਰੋਂ ਕਰ ਲਵਾਂਗੇ ਤੇ ਫਿਰ ਮੈਂ ਕੰਧਾਂ ਤੋਂ ਸ਼ੁਰੂ ਸਫਾਈ ਸ਼ੁਰੂ ਕਰਤੀ ਕੰਧਾਂ ਤੋਂ ਤੇ ਅੱਧੀ ਕਿ ਗੰਦ ਹੋ ਗਈ ਆ ਤੇ ਮੈਂ ਥੱਕ ਕੇ ਸਾਹ ਲੈਣ ਲੈਵਾਂ ਤੇ ਫਿਰ ਜੀ ਵਿਕਾਸ ਭਾਈ ਮਾਸ਼ਾਅੱਲਾ ਬੜੀ ਮਿਹਨਤ ਕਰਦੇ ਆ ਇਹ ਵੀ ਸਾਡੀ ਪਾਰਟੀ ਦਾ ਹਿੱਸਾ ਵਾ ਤੇ ਬਾਕੀ ਇਨਸ਼ਾਅੱਲਾ ਨਾ ਵਲੌਗ ਦੇ ਅੰਤ ਤੱਕ ਰਹੀਓ ਤੁਹਾਨੂੰ ਦਿਖਾਣੇ ਆ ਲੋ ਜੀ ਆਪਣੇ ਨਿਆਜ਼ੀ ਸਾਹਿਬ ਆ ਕੋ ਟੂਣਾ ਕਰਨ ਡਏ ਇਹਨਾਂ ਕੋ ਪੁੱਛਦੇ ਆ ਕੀ ਟੂਣਾ ਕਰਦੇ ਪਏ ਤੁਸੀਂ ਨਹੀਂ ਸਰ ਕੀ ਟੂਣਾ ਹੋ ਰਿਹਾ ਏ ਇਹ ਭਾਜੀ ਇਹ ਨਾ ਕੰਧਾਂ ਸਾਫ਼ ਕਰਨ ਨੇ ਆ ਕੰਧਾਂ ਸਾਫ਼ ਕਰਨ ਆ ਕੋ ਕੁਝ ਭਾਜੀ ਆ ਕੰਧ ਸਾਫ਼ ਕਰਦੇ ਆ ਖੁਸ਼ਕਾ ਦਰਸਲ ਨਾ ਆਮ ਹੋ ਗਿਆ ਵਾ ਇੱਧਰ ਪੈ ਗਿਆ ਖੁਸ਼ਕਾ ਇੱਥੇ ਇੱਥੇ ਉੱਤੇ ਉੱਤੇ ਪੈ ਗਿਆ ਵਾ ਕਿੱਥੇ ਆ ਉੱਤੇ ਉੱਤੇ ਖੁਸ਼ਕਾ ਪੈ ਗਿਆ ਵਾ ਸਾਨੂੰ ਨਮੀ ਵਾਲੀ ਉੱਤੇ ਨੂੰ ਕਰਨ ਆਇਆ ਹੈ ਹਲੋ ਹਲੋ ਕਿੰਨੀ ਦੇਰ ਦਾ ਕੰਮ ਦੀ ਸਾਫ਼ ਕਰੀ ਜਾਣ ਡਿਆ ਜੇ ਆ ਭਾਈ ਦੀ ਦੁਕਾਨ ਆ ਮੋਟਰਸਾਈਕਲਾਂ ਦੀ ਘੰਟਾ ਕੁ ਹੋ ਗਿਆ ਸਰਵਿਸ ਵਾਲਾ ਕੋਈ ਨਹੀਂ ਹੋਇਆ ਤੇ ਕੰਧ ਸਾਫ਼ ਕਰਨ ਲੱਗ ਪਿਆ ਜੇ ਬਚੂਗੀ
ਫਿਸ਼ਲ ਹੁੰਦਾ ਵਾ ਅੱਛਾ ਅੱਛਾ ਫਿਰ ਇੱਟ ਪਾਲਿਸ਼ ਹੁੰਦੀ ਇੱਕ ਹੁੰਦੀ ਨਾ ਸਕਿਨ ਪਾਲਿਸ਼ ਇੱਕ ਹੁੰਦੀ ਇੱਟ ਪਾਲਿਸ਼ ਲੋ ਜੀ ਹਜੇ ਗਰਮੀ ਆਈ ਨਹੀਂ ਤੇ ਪਹਿਲੇ ਹੀ ਗਰਮੀ ਦਿਮਾਗ ਨੂੰ ਚੜੀ ਖੁਸ਼ਕਾ ਪੈ ਗਿਆ ਵਾ ਕੰਨਾਂ ਸਾਫ਼ ਕਰੀ ਜਾਂਦਾ ਜੀ ਵੇਖੋ ਕੀ ਬਣੇਗਾ ਇਸ ਬੰਦੇ ਦਾ ਚਲੋ ਅਸੀਂ ਫਿਰ ਤੁਹਾਨੂੰ ਮਿਲਦੇ ਹਾਂ ਥੋੜ੍ਹੀ ਦੇਰ ਤੱਕ ਅਸੀਂ ਬਾਈਕ ਲੈਣ ਜਾਣੇ ਹਾਂ ਅਤੇ ਹੁਣ ਅਸੀਂ ਜਾ ਰਹੇ ਹਾਂ ਅਤੇ ਮਾਸ਼ਾ ਦਾ ਮੌਸਮ ਬੜਾ ਪਿਆਰਾ ਹੋਇਆ ਵਾ ਹਵਾ ਚੱਲ ਰਹੀ ਹੈ ਨਾਲ ਸਾਡੇ ਦੋਸਤ ਭਾਈ ਵੀ ਹੈ ਰਾਣਾ ਸਾਹਿਬ ਅਤੇ ਇਨਸ਼ਾਅੱਲਾ ਤੁਹਾਨੂੰ ਦਿਖਾਉਂਦੇ ਹਾਂ ਸਭ ਤੋਂ ਵੱਡੀ ਮਾਰਕੀਟ ਆ ਮੋਬਾਈਲਾਂ ਦੀ ਪੈਸੇ ਮੰਗਾਵਾ ਫਿਰ ਦੱਸੋ 7500 ਦੇ ਦੇ ਜਾਂ ਦੇ ਦੇ ਕਿੰਨੇ ਦਾ 15000 ਦਾ 12000 ਲੋ ਜੀ ਦੋਸਤੋ ਭਾਈ ਉਹਦੇ ਅਸੀਂ ਮਾਈਕ ਲੈ ਲਿਆ ਵਾ ਤੇ ਅਸੀਂ ਹੁਣ ਚੈੱਕ ਕਰ ਰਹੇ ਹਾਂ ਮਾਈਕ ਕੈਸਾ ਰਿਜ਼ਲਟ ਆ ਦੇਖੋ ਆ ਭਾਈ ਇਹਨਾਂ ਦੀ ਦੁਕਾਨ ਆ ਤੇ ਤੁਸੀਂ ਅਗਰ ਕਿਸੇ ਨੇ ਮਾਈਕ ਵਗੈਰਾ ਲੈਣਾ ਹੋ ਤੇ ਇੱਥੇ ਵਿਜ਼ਿਟ ਕਰਿਓ ਭਾਈ ਕੀ ਨਾਂ ਹੈ ਦੁਕਾਨ ਦਾ ਸਾਈਬਰ ਸਿਟੀ ਨਾਂ ਹੈ ਤੇ ਇਨਸ਼ਾਅੱਲਾ ਇਹਨਾਂ ਕੋਲ ਅੱਛੀ ਕੁਆਲਿਟੀ ਦੇ ਮਾਈਕ ਨੇ ਉਹ ਭਾਈ ਜੰਗ ਲਾ ਕੇ ਦਿਖਾਇਆ ਵਾ ਅੰਕਲ ਜੀ ਨੇ ਕਿਹਨੂੰ ਜੀ ਲਾ ਦਿੰਦੀ ਜੰਗ ਸਾਈਕਲ ਮੋਟਰਸਾਈਕਲ ਸਾਈਕਲ ਟੁੱਟੀਆਂ ਬੇਸਰ ਇਸਤਰੀ ਸਾੜਦੀ ਹੋਵੇ ਕੱਪੜਾ ਕਾਲੇ ਦਾਗ ਪਾਉਣ ਦੇ ਉੱਤੇ ਮਾਰੋਗੇ ਸਾਫ਼ ਕਰ ਤੇ ਕਿੱਥੇ ਹੁੰਦੇ ਤੁਸੀਂ ਸ਼ਹਿਰ ਹੀ ਹੁੰਦੇ ਆ ਸਹੀ ਅਗਰ ਲੈਣੀ ਹੋਵੇ ਤਾਂ ਇੱਥੇ ਹੀ ਮਿਲਦੇ ਹੋ ਚਲੋ ਠੀਕ ਚੱਲ ਫਾਈਨਲੀ ਅਸੀਂ ਮਾਈਕ ਲੈ ਲਿਆ ਰੈਕਸੀਟ 'ਤੇ ਆਏ ਹਾਂ ਇਨਸ਼ਾਅੱਲਾ ਤੁਹਾਨੂੰ ਹੁਣ ਆਵਾਜ਼ ਕਲੀਅਰ ਆਇਆ ਕਰੇਗੀ ਅਤੇ ਸਾਡੇ ਨਾਲ ਵੀਡੀਓ 'ਤੇ ਰਹੇ ਐਂਡ ਤੱਕ ਵੀਡੀਓ ਦੇਖਿਆ ਕਰੋ ਭਾਈ ਮਾਇਕ ਅਸੀਂ ਲੈ ਲਿਆ ਹੁਣ ਅਸੀਂ ਜਾ ਰਹੇ ਹਾਂ ਸ਼ਾਂਤੀ ਹੋ ਗਈ ਭਾਈਆਂ ਅਸੀਂ ਪਹੁੰਚ ਗਏ ਹਾਂ ਇੱਥੇ ਬੰਨੋ ਪੁਲਾਓ ਦੇ ਆਹ ਚੱਪਲੀ ਕਬਾਬ ਆ ਇੱਧਰ ਪੁਲਾਓ ਆ ਭਾਅ ਜੀ ਖਾਣੇ ਦਾ ਬੜਾ ਇੰਤਜ਼ਾਰ ਹੋ ਰਿਹਾ ਵਾ ਭੁੱਖ ਦੇ ਨਾਲ ਨਾ ਢਿੱਡ ਚੰਦ ਕੀ ਹੋਈ ਜਾ ਰਿਹਾ ਅਤੇ ਆ ਭਾਈ ਸਾਡਾ ਆ ਗਿਆ
ਜਿਹੜਾ ਵਲੌਗ ਦਾ ਮਤਲਬ ਨਹੀਂ ਆਉਂਦਾ ਅਗਰ ਤੁਸੀਂ ਖਾਈਏ ਪੀਈਏ ਨਾ ਤਾਂ ਭੁੱਖ ਲੱਗ ਗਈ ਸੀ ਫਿਰ ਫਿਰ ਕੇ ਅਤੇ ਹੁਣ ਸਾਡੀ ਆ ਗਏ ਆ ਸਪੈਸ਼ਲ ਬਾਬਾ ਜੀ ਬੀਫ ਪਲਾਓ ਨਾਲ ਬੋਤਲਾਂ ਅਤੇ ਇਨਸ਼ਾਅੱਲਾ ਅਸੀਂ ਪੀ ਕੇ ਤੁਹਾਨੂੰ ਮਿਲਦੇ ਹਾਂ ਥੋੜ੍ਹੀ ਦੇਰ ਤੱਕ ਖਾ ਪੀ ਲਈਏ ਯਾਰ ਬਾਕੀ ਇਨਸ਼ਾਅੱਲਾ ਮਾਇਕ ਵਾਰਾ ਲੈ ਲਏ ਅਸੀਂ ਖਾਣਾ ਵਗੈਰਾ ਖਾ ਲਿਆ ਪੇਟ ਹੋ ਗਿਆ ਫੁੱਲ ਬਾਕੀ ਤੁਸੀਂ ਇੱਥੇ ਬਨੋ ਪਲਾਓ 'ਤੇ ਆ ਕੇ ਤੁਸੀਂ ਟੇਸਟ ਕਰਿਓ ਇਨਸ਼ਾਅੱਲਾ ਬੜਾ ਮਜ਼ਾ ਆਏਗਾ ਤੁਹਾਨੂੰ ਅਤੇ ਬਾਕੀ ਸਾਡੇ ਚੈਨਲ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਅਤੇ ਸ਼ੇਅਰ ਕਰਿਓ ਅਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੋਗ 'ਚ ਨੈਕਸਟ ਵੀਡੀਓ 'ਤੇ ਅੱਛੇ ਅੱਛੇ ਵਲੋਗ ਲੈ ਕੇ ਆਵਾਂਗੇ ਇਨਸ਼ਾਅੱਲਾ ਅਤੇ ਤੁਸੀਂ ਐਂਡ ਤੱਕ ਰਿਹਾ ਕੋਈ ਯਾਰ ਸਪੋਰਟ ਕਰੋ ਲਾਈਕ ਕਰੋ ਓਕੇ ਅੱਲਾ ਹਾਫਿਜ਼।